ਅੰਮ੍ਰਿਤਸਰ ਗੁਰੂ ਰਾਮਦਾਸ ਅੰਤਰਰਾਸ਼ਟਰੀ 에어ਪੋਰਟ ਤੋਂ ਕਸਟਮ ਵਿਭਾਗ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਤੁਹਾਨੂੰ ਦੱਸ ਦਈਏ ਕਿ ਦਬਈ ਤੋਂ ਆਨ ਵਾਲੀ ਫਲੈਟ ਜਿੱਦਾਂ ਹੀ ਅੰਮ੍ਰਿਤਸਰ ਪਹੁੰਚੀ ਕਰੀਬ 2:30 ਵਜੇ ਦਾ ਟਾਈਮ ਸੀ ਜਦੋਂ ਇਹ ਫਲੈਟ ਅੰਮ੍ਰਿਤਸਰ ਪਹੁੰਚੀ ਤੇ ਇੱਕ ਨੌਜਵਾਨ ਜਿਹਦਾ ਨਾਮ ਸੀ ਸਰਬਜੀਤ ਕਸਟਮ ਵਿਭਾਗ ਨੇ ਉਹਨੂੰ ਕਾਬੂ ਕੀਤਾ ਤੁਹਾਨੂੰ ਦੱਸ ਦਈਏ ਕਿ ਸਰਬਜੀਤ ਆਪਣੇ ਗੁਪਤ ਅੰਗਾਂ ਦੇ ਵਿੱਚ ਸੋਨਾ ਲੁਕੋ ਕੇ ਲਿਆਂਦਾ ਸੀ ਦਬਈ ਤੋਂ ਪਹਿਲਾਂ ਉਹ ਕਿੰਨੀ ਵਾਰੀ ਸੋਨਾ ਲੁਕਾ ਕੇ ਲਿਆ ਚੁੱਕਿਆ ਉਹਦੀ ਜਾਂਚ ਜਿਹੜੀ ਹੈ ਕਸਟਮ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ ਪਰ ਅੱਜ ਕਸਟਮ ਵਿਭਾਗ ਦੀ ਟੀਮ ਜਿਹੜੀ ਸੀ ਉਹ ਸਰਬਜੀਤ ਨਾਮ ਦੇ ਸ਼ਖਸ ਨੂੰ ਇੱਥੇ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਉਹਦਾ ਮੈਡੀਕਲ ਕਰਵਾਇਆ ਗਿਆ ਦੁਬਾਰਾ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੰਮ੍ਰਿਤਸਰ ਗੁਰੂ ਰਾਮਦਾਸ ਅੰਤਰਰਾਸ਼ਟਰੀਆ 에ਅਰਪੋਰਟ ਤੋਂ ਇੱਕ ਵੱਡੀ ਕਾਮਯਾਬੀ ਜਿਹੜੀ ਹੈ ਉਹ ਕਸਟਮ ਵਿਭਾਗ ਨੂੰ ਮਿਲੀ ਹੈ ਸਰਬਜੀਤ ਨਾਮ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਕਸਟਮ ਵਿਭਾਗ ਵੱਲੋਂ ਜਿਹੜਾ ਕਿ ਕੈਪਸੂਲਾਂ ਦੇ ਰੂਪ ਦੇ ਵਿੱਚ ਸੋਨਾ ਆਪਣੇ ਗੁਪਤ ਅੰਗਾਂ ਦੇ ਵਿੱਚ ਲਿਆਂਦਾ ਸੀ ਕਦੋਂ ਤੋਂ ਉਹ ਸ਼ੁਰੂਆਤ ਕੀਤੀ ਸੀ ਉਹਨੇ ਕਦੋਂ ਲਿਆਂਦਾ ਸੀ ਰੋਜ਼ ਲਿਆਂਦਾ ਸੀ ਜਾਂ ਦੋ ਦਿਨ ਛੱਡ ਕੇ ਜਾਂ ਹਫ਼ਤੇ ਬਾਅਦ ਲਿਆਂਦਾ ਸੀ ਪਰ ਅੱਜ ਕਸਟਮ ਵਿਭਾਗ ਨੇ ਉਹਨੂੰ ਕਾਬੂ ਕੀਤਾ ਤੇ 700 ਗ੍ਰਾਮ ਸੋਨਾ ਜਿਹੜਾ ਉਹਦੇ ਕੋਲ ਬਰਾਮਦ ਹੋਇਆ ਕਸਟਮ ਵਿਭਾਗ ਵੱਲੋਂ ਸਰਬਜੀਤ ਨੂੰ ਅੱਜ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਉੱਥੇ ਉਹਦਾ ਟ੍ਰੀਟਮੈਂਟ ਵੀ ਕਰਵਾਇਆ ਗਿਆ ਤੇ ਸੋਨਾ ਆਪਣੇ ਕਾਬੂ ਚ ਕਰਕੇ ਸੋਨਾ ਸੀਲ ਕੀਤਾ ਤੇ ਨਾਲ ਸਰਬਜੀਤ ਨੂੰ ਵੀ ਕਸਟਮ ਵਿਭਾਗ ਨੇ ਆਪਣੀ ਹਿਰਾਸਤ ਵਿੱਚ ਲਿੱਤਾ ਤੋਂ ਦੱਸ ਦਈਏ ਕਿ ਕਸਟਮ ਵਿਭਾਗ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਕਸਟਮ ਵਿਭਾਗ ਹੁਣ ਅਗਾਹ ਦੀ ਜਿਹੜੀ ਜਾਂਚ ਕਸਟਮ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿ ਇਹ ਸਰਬਜੀਤ ਕਿੰਨੀ ਦੇਰ ਤੋਂ ਇਹ ਕੰਮ ਕਰਦਾ ਸੀ ਤੇ ਕਦੋਂ ਤੋਂ ਇਹਨੇ ਇਹ ਕੰਮ ਦੀ ਸ਼ੁਰੂਆਤ ਕੀਤੀ ਸੀ ਕਿੰਨੀ ਵਾਰੀ ਉਹ ਦबई ਤੋਂ ਸੋਨਾ ਲਿਆ ਚੁੱਕਿਆ ਇੱਕ ਵਾਰੀ ਫੇਰ ਤੁਹਾਨੂੰ ਦੁਬਾਰਾ ਦੱਸ ਦਿੰਨੇ ਆ ਕਿ ਜਿਹੜੇ ਸਾਡੇ ਸਰੋਤੇ ਸਾਡੇ ਨਾਲ ਜੁੜੇ ਆ ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤਸਰ ਗੁਰੂ ਰਾਮਦਾਸ ਅੰਤਰਰਾਸ਼ਟਰੀਆ 에어ਪੋਰਟ ਤੋਂ ਕਸਟਮ ਵਿਭਾਗ ਨੂੰ ਇੱਕ ਵੱਡੀ ਸਫਲਤਾ ਮਿਲੀਆ ਸਫਲਤਾ ਇਹ ਕਿ ਉਥੋਂ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਦੁਬਈ ਤੋਂ ਚੱਲਿਆ ਸੀ ਜਿਹੜੀ ਇਹ 에ਅਰਪੋਰਟ ਉੱਤੇ ਜਿਹੜੀ ਇਹ ਫਲਾਈਟ 2:30 ਵਜੇ ਇੱਥੇ ਪਹੁੰਚੀ ਸੀ ਤੇ 2:30 ਵਜੇ ਜਦੋਂ ਸਰਬਜੀਤ ਨਾਮ ਦੇ ਯੁਵਕ ਨੂੰ ਗ੍ਰਿਫਤਾਰ ਕੀਤਾ ਗਿਆ ਗੁਪਤ ਸੂਤਰਾਂ ਦੇ ਆਧਾਰ ਦੇ ਉੱਤੇ ਸਰਬਜੀਤ ਦੇ ਉੱਤੇ ਨਜ਼ਰ ਰੱਖੀ ਗਈ ਸੀ ਤੇ ਸਰਬਜੀਤ ਜੁੱਦਾ ਹੀ ਸਟੇਸ਼ਨ ਉੱਤੇ ਪਹੁੰਚਿਆ 에ਅਰਪੋਰਟ ਉੱਤੇ ਪਹੁੰਚਿਆ ਉਸੇ ਵੇਲੇ ਕਸਟਮ ਵਿਭਾਗ ਨੇ ਉਹਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਉਹਦੇ ਕੋਲ ਪੋਸ਼ਕਸ਼ ਕੀਤੀ ਗਈ ਤੇ ਪੋਸ਼ਕਸ਼ ਦੇ ਵਿੱਚ ਸਾਹਮਣੇ ਆਇਆ ਕਿ ਉਹ ਗੁਪਤ ਅੰਗਾਂ ਦੇ ਵਿੱਚ ਸੋਨਾ ਲਿਕਾ ਕੇ ਲਿਆਂਦਾ ਸੀ ਤੇ ਅੱਜ ਕਸਟਮ ਵਿਭਾਗ ਨੇ ਆਪਣੀ ਕਾਰਵਾਈ ਕਰਦਿਆਂ ਹੋਇਆ ਸਰਬਜੀਤ ਨੂੰ ਅੰਮ੍ਰਿਤਸਰ ਦੇ ਸਿਵਲ ਹਸਪਤਾਲ ਲਿਆਂਦਾ ਉੱਥੇ ਉਹਦਾ ਮੈਡੀਕਲ ਕਰਵਾਇਆ ਮੈਡੀਕਲ ਕਰਵਾਉਣ ਤੋਂ ਬਾਅਦ ਕਰੀਬ 700 ਗ੍ਰਾਮ ਸੋਨਾ ਜਿਹੜਾ ਹੈ ਉਹਦੇ ਪੇਟ ਦੇ ਵਿੱਚੋਂ ਬਰਾਮਦ ਕੀਤਾ ਗਿਆ ਸੋਨਾ ਬਰਾਮਦ ਕਰਨ ਤੋਂ ਬਾਅਦ ਕਸਟਮ ਵਿਭਾਗ ਨੇ 700 ਗ੍ਰਾਮ ਸੋਨੇ ਨੂੰ ਸੀਲ ਕੀਤਾ ਤੇ ਨਾਲ ਸੋਨਾ ਵੀ ਤੇ ਨਾਲ ਸਰਬਜੀਤ ਨੂੰ ਵੀ ਹਿਰਾਸਤ ਵਿੱਚ ਲਿੱਤਾ ਤੇ ਅੱਗੇ ਦੀ ਜੜੀ ਜਾਂਚ ਹੈ ਉਹ ਕਸਟਮ ਵਿਭਾਗ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ ਕਿ ਸਰਬਜੀਤ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਸੀ ਤੇ ਕਦੋਂ ਤੋਂ ਇਹਨੇ ਸ਼ੁਰੂਆਤ ਕੀਤੀ ਸੀ ਤੇ ਕਿੰਨੀ ਵਾਰੀ ਦबई ਤੋਂ ਸੋਨਾ ਲਿਆ ਚੁੱਕਿਆ ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸੁਖਚੰਦ ਸਿੰਘ ਅੰਮ੍ਰਿਤਸਰ 4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ ਯੂਕੇ ਆਇਲਜ਼ ਨਾਲ ਜਾਂ ਬਿਨਾ ਆਇਲਜ਼ ਤੋਂ ਇੱਕ ਵਾਰ ਫਲਾਈ ਰੇਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 9815608585 ਤੇ ਥੈਂਕ ਯੂ